ਉਸ ਪਿੰਡ ਵਿੱਚ ਪਹੁੰਚਿਆ ਜਿੱਥੇ ਕਿਸੇ ਟਾਈਮ ਅਜੇਹਾ ਰਿਜ਼ਲਟ ਆਇਆ ਸੀਗਾ ਕਿ ਪਿੰਡ ਵਾਸੀ ਮੀਡੀਆ ਨੂੰ ਸੱਦਨ ਨੂੰ ਜੇ ਮੀਡੀਆ ਪਹੁੰਚਦਾ ਸੀ ਤੇ ਉਹਨਾਂ ਨੂੰ ਇੱਥੋਂ ਕੱਢਣ ਨੂੰ ਮਜਬੂਰ ਹੁੰਦੇ ਸੀਗੇ ਜਿਹੜਾ ਕਹਿ ਸਕਦੇ 8 ਸਾਲਾਂ ਬਾਅਦ ਅਜੇਹਾ ਮਾਹੌਲ ਪਿੰਡ ਵਿੱਚ ਬਣਿਆ ਕਿ ਸਾਰੇ ਪਿੰਡ ਦੇ ਪੰਚਾਇਤ ਪਤਵੰਤੇ ਸੱਜਣ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਣਿਆ ਕਿ ਅੱਜ ਉਹ ਮੌਕਾ ਖੁਸ਼ੀ ਦਾ ਆਇਆ ਹੋਇਆ ਕਿ ਇੱਕ ਮੰਚ ਤੇ ਸਾਰੇ ਇਕੱਠੇ ਹੋਏ ਆ ਤੇ ਮੀਡੀਆ ਨੂੰ ਜਿਹੜਾ ਹੁਣ ਖੁਦ ਸੱਦਿਆ ਗਿਆ ਹੈ ਸਾਨੂੰ ਬੜਾ ਮਾਣ ਆ ਤੇ ਸਾਡੇ ਸਕੂਲ ਦੇ ਵਿੱਚ ਵੀ ਕਦੇ ਸਾਡੇ ਅੱਜ ਖੁਸ਼ੀਆਂ ਤੇ ਢੋਲ ਵਜਣ ਵਾਲੀ ਗੱਲ ਹੋਈ ਹੈ ਪਰ ਸਾਨੂੰ ਇੱਕ ਜ਼ਰੂਰ ਗੱਲ ਘਾਟ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੇ ਵਿੱਚ ਜਿਹੜਾ ਸਟਾਫ ਆ ਉਹ ਸਾਨੂੰ ਸਾਨੂੰ ਦੋ ਤਿੰਨ ਟੀਚਰ ਪ੍ਰਾਈਵੇਟ ਰਾਸਤੇ ਚਲਾਉਣਾ ਉੱਤੇ ਪੈ ਰਿਹਾ ਰਿਜ਼ਲਟ ਆਇਆ ਨਾ ਉਹ ਸਾਨੂੰ ਐਸ ਪੀ ਦੇ ਲਿਆ ਕੇ ਸਾਨੂੰ ਖੜੇ ਕਰਦੇ ਕਿ ਜਿਹਦੇ ਨਾਲ ਅਸੀਂ ਹੱਸ ਕੇ ਆਰਮਾਨ ਕਰਦੇ ਆ ਕਿ ਸਾਡੇ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਆਇਆ ਕਿ ਕਿਸੇ ਟਾਈਮ ਇਹ ਸੀਗਾ ਕਿ ਸਾਡੀ ਬੜੀ ਨਮੂਸ਼ੀ ਵਾਲੀ ਗੱਲ ਜੀ 44 ਸਪੂਨ ਦਾ ਨਾਮ ਬੜਾ ਚਰਚਾ ਵਿੱਚ ਰਿਹਾ 0% ਰਿਜ਼ਲਟ ਆਇਆ ਤੇ ਉਹ ਇਸ ਨਾਲ ਸਾਡੇ ਪਿੰਡ ਦੇ ਨਾਮ ਨੂੰ ਬੜਾ ਤਕल्ल ਲੱਗਾ ਤੇ ਅੱਜ ਤੁਸੀਂ ਸਾਡੇ ਸਾਰੇ ਪੰਚਾਇਤ ਮੈਂਬਰਾਂ ਦੇ ਮੂੰਹ ਤੇ ਰੌਣਕ ਦੇਖ ਸਕਦੇ ਹੋ ਸਾਡੇ ਪਿੰਡ ਦੇ ਪਤਵੰਤੇ ਜੀ ਬੜੀ ਖੁਸ਼ੀ ਉਹ ਖੁੱਲੀ ਨਹੀਂ ਸਮਾਉਂਦੇ ਜਿਦਾਂ ਆਉਣ ਵਾਲੇ ਬੱਚਿਆਂ ਨੂੰ ਵੀ ਇਹ ਗੱਲ ਕਹੀ ਆ ਕਿ ਜੇਕਰ ਵਧੀਆ ਰਿਜ਼ਲਟ ਹੋਊਗਾ ਅਸੀਂ ਲੋਕ ਚੇਤਨਾ ਮੰਚ ਵੱਲੋਂ ਬਾਹਰ ਐਨਆਰਆਈ ਵੱਲੋਂ ਪਿੰਡ ਵੱਲੋਂ ਅਸੀਂ ਉਹਨਾਂ ਬੱਚਿਆਂ ਦਾ ਹੋਰ ਸਹਿਯੋਗ ਕਰਾਂਗੇ ਅੱਜ ਜਿਹੜਾ ਚੰਦਾ ਸਾਨੂੰ ਉਹਦੀ ਗੱਲ ਕਰਨੀ ਚਾਹੀਦੀ ਆ ਆਉਣ ਵਾਲੇ ਕੋ ਐਕਚੁਅਲੀ ਸੋਚਣਾ ਚਾਹੀਦਾ ਤੇ ਹੁਣ ਅੱਜ ਸਾਡਾ ਮਨ ਇੰਨਾ ਬੜਾ ਖੁਸ਼ ਆ ਕਿ ਵਧੀਆ ਸਟਾਫ ਆ ਸਾਡਾ ਜਿਨ੍ਹਾਂ ਨੇ ਸਾਡਾ ਪਿਛਲਾ ਧੋਣਾ ਧੋ ਕੇ ਅੱਜ ਬਲੰਦੀਆਂ ਦੇ ਸਾਡਾ ਰਿਜ਼ਲਟ ਜਿਹੜਾ ਉਹ ਲੈ ਆਂਦਾ ਆ ਜ਼ਿਲ੍ਹਾ ਜਲੰਧਰ ਦਾ ਇੱਕ ਅਜਿਹਾ ਪਿੰਡ ਜਿੱਥੇ ਅੱਜ ਵਿਆਹ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਜਿੱਥੇ 8 ਸਾਲ ਬਾਅਦ ਸਰਕਾਰੀ ਹਾਈ ਸਕੂਲ ਸਰਖਾਲੀ ਗੁਰਾਇਆ ਬਲੌਕ ਦੇ ਬੱਚਿਆਂ ਨੇ ਚੰਗੇ ਅੰਕਾਂ ਨਾਲ 100% ਦੀ ਨਤੀਜਾ ਲਿਆ ਹੈ। ਵੇੜੇ ਵਿੱਚ ਅੱਜ 8ਵੀਂ ਅਤੇ 10ਵੀਂ ਜਮਾਤ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। 10ਵੀਂ ਦਾ ਨਤੀਜਾ ਰੂਬੀ ਪਹਿਲਾ ਸਥਾਨ 93.4% ਨੂੰ 3100 ਰੁਪਏ ਦੇ ਕੇ ਸਨਮਾਨਿਤ ਕੀਤਾ। ਮਨਵੀਰ ਦੂਜਾ ਸਥਾਨ 85% ਨੂੰ 2100 ਰੁਪਏ ਦੇ ਕੇ ਸਨਮਾਨਿਤ ਕੀਤਾ। ਅਮ੍ਰਿਤਾ ਤੀਜਾ ਸਥਾਨ 74.4% ਨੂੰ 1100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ 8ਵੀਂ ਜਮਾਤ ਦਾ ਨਤੀਜਾ ਗਗਨਪ੍ਰੀਤ ਕੋ ਨੂੰ 1000 ਰੁਪਏ, ਦੀਪਕਮਾਨੂ 750 ਰੁਪਏ ਅਤੇ ਸਾਖਸ਼ੀ ਜਖੂ ਨੂੰ 500 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ 바ਸੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ ਜਿਸ ਵਿੱਚ ਲੋਕ ਚੇਤਨਾ ਮੰਚ ਵੱਲੋਂ ਮਨੋਹਰ ਸਿੰਘ ਕੋੜਾ ਸੁਲੇਖ ਰਾਜ ਮਲ ਅਤੇ ਸਾਥੀਆਂ ਨੇ ਸ਼ਿਰਕਤ ਕੀਤੀ ਪਿੰਡ ਦੇ ਸਾਫਾ ਸਰਪੰਚ ਸਿੰਦਰਪਾਲ ਸਰਦਾਰ ਪ੍ਰਗਟ ਸਿੰਘ ਰਿਟਾਇਰਡ ਹੈਡਮਾਸਟਰ ਮੂਲਚੰਦ ਐਸ ਐਮ ਸੀ ਚੇਅਰਪਰਸਨ ਜਸਪ੍ਰੀਤ ਕੋਰ ਐਸ ਐਮ ਸੀ ਮੈਂਬਰ ਨੀਲਮਰਾਨੀ ਮੈਂਬਰ ਪੰਚਾਇਤ ਸਰਦਾਰ ਹਰਜਿੰਦਰ ਸਿੰਘ ਨਾਹਲ ਵਿਨੋਦ ਕੁਮਾਰ ਮੁਖ ਅਧਿਆਪਕ ਰੁੜਕੀ ਡੀ ਡੀਓ ਸਰਹਾਲੀ ਮਲਕੀਸ਼ ਸਿੰਘ ਸਕੂਲ ਇੰਚਾਰਜ ਪ੍ਰਦੀਪ ਕੁਮਾਰ ਪਾਠਕ ਸਾਇੰਸ ਮਾਸਟਰ ਸੁਰਜੀਤ ਲਾਲ ਅੰਗਰੇਜ਼ੀ ਮਾਸਟਰ ਬਬੀਤਾ ਰਾਣੀ ਮੈਥਮੈਟਿਕਸਟ ਸ਼੍ਰੀਮਤੀ ਪ੍ਰੇੰਕਾ ਹਿੰਦੀ ਮਿਸਟ੍ਰੈਸ ਸ਼੍ਰੀਮਤੀ ਜੀਵਨ ਜੋਤੀ ਕੰਪਿਊਟਰ ਫੈਕਲਟੀ ਸ਼੍ਰੀਮਤੀ ਸੰਦੀਪ ਕੁਮਾਰੀ ਪੀਟੀਏ ਸ਼੍ਰੀਮਤੀ ਰਾधिका ਪੀਟੀਏ ਮਿਸ ਸੰਦੀਪ ਕੌਰ ਪੀਟੀਏ ਦੇ ਯਤਨਾਂ ਨਾਲ ਹੀ ਇਹ ਪ੍ਰੋਗਰਾਮ ਨੇ ਪੇੜੇ ਚੜਾਇਆ ਗਿਆ ਜ਼ਿਲ੍ਹਾ ਜਲੰਧਰ ਪਿੰਡ ਸਰਹਾਲੀ ਉਸ ਪਿੰਡ ਵਿੱਚ ਪਹੁੰਚਿਆ ਜਿੱਥੇ ਕਿਸੇ ਟਾਈਮ ਅਜੇ ਹਾਲ ਰਿਜ਼ਲਟ ਆਇਆ ਸੀਗਾ ਕਿ ਪਿੰਡ ਵਾਸੀ ਮੀਡੀਆ ਨੂੰ ਸੱਦਨ ਨੂੰ ਜੇ ਮੀਡੀਆ ਪਹੁੰਚਦਾ ਸੀ ਤੇ ਉਹਨਾਂ ਨੂੰ ਇੱਥੋਂ ਕੱਢਣ ਨੂੰ ਮਜਬੂਰ ਹੁੰਦੇ ਸੀਗੇ ਕਿਉਂਕਿ ਨਤੀਜਾ ਜਿਹੜਾ ਆ 10ਵੀਂ ਕਲਾਸ ਦਾ ਅਜੇ ਹਾਇਆ ਸੀਗਾ ਕਿ ਇੱਕ ਵੀ ਬੱਚਾ ਜਿਹੜਾ ਸਕੂਲ ਦਾ ਪਾਸ ਨਹੀਂ ਹੋਇਆ ਸੀ ਤੇ ਹੁਣ ਉਹੀ ਜਿਹੜਾ ਕਹਿ ਸਕਦੇ 8 ਸਾਲਾਂ ਬਾਅਦ ਅਜੇਹਾ ਮਾਹੌਲ ਪਿੰਡ ਦੇ ਵਿੱਚ ਬਣਿਆ ਕਿ ਸਾਰੇ ਪਿੰਡ ਦੇ ਪੰਚਾਇਤ ਪਤਵੰਤੇ ਸੱਜਣ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿ ਅੱਜ ਉਹ ਮੌਕਾ ਖੁਸ਼ੀ ਦਾ ਆਇਆ ਹੋਇਆ ਕਿ ਇੱਕ ਮੰਚ ਤੇ ਸਾਰੇ ਇਕੱਠੇ ਹੋਏ ਆ ਤੇ মিডিਆ ਨੂੰ ਜਿਹੜਾ ਹੁਣ ਖੁਦ ਸੱਦਿਆ ਗਿਆ ਆ ਤੇ ਉਹ ਨਾ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਪਿੰਡ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਸਕੂਲ ਦਾ ਸਟਾਫ ਦਾ ਜਿਹੜਾ ਨਾਮ ਰੋਸ਼ਨ ਕੀਤਾ ਹੈ। ਉਪਲਬਧੀ ਮਿਲੀ ਹੈ ਪਿੰਡ ਦੇ ਸਰਪੰਚ ਸਾਹਿਬ ਐ 바ਸੀ ਸਾਹਿਬ ਜਿਨ੍ਹਾਂ ਨੇ ਵੱਡੇ ਹੌਸਲਾ ਫਜ਼ਾਈ ਕੀਤੀ ਹੈ। ਐਨ ਆਰ ਆਈ ਵੀਰਾਂ ਵੱਲੋਂ ਵੀ ਵੱਡੇ ਹੌਸਲਾ ਫਜ਼ਾਈ ਕੀਤੀ ਗਈ ਹੈ। ਸਰਪੰਚ ਸਾਹਿਬ ਕਹਿੰਦੇ ਮੌਕਾ ਬੜੇ ਚਿਰਾਂ ਬਾਅਦ ਮਿਲਿਆ ਆ। ਆਸਮੀਦ ਪਿੰਡ ਨੂੰ ਬੜੀ ਸੀ ਕਿ ਸਾਨੂੰ ਵੀ ਕਦੀ ਮੌਕਾ ਮਿਲੇ ਕਿਉਂਕਿ ਬਸਿਹਰੇ ਸਕੂਲ ਇਦਾਂ ਦੇ ਦੇਖਿਆ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ maat ਪਾਉਂਦੇ ਆ। ਅੱਜ ਤੁਸੀਂ ਪਿੰਡ ਦੇ ਵਿੱਚ ਪਹੁੰਚੇ ਆ ਉਹ ਬੱਚਿਆਂ ਨੂੰ ਸਨਮਾਨ ਕੀਤਾ ਜਿਨ੍ਹਾਂ ਨੇ ਪਿੰਡ ਦੇ ਨਾਮ ਨਾਲ ਆਪਣੇ ਮਾਪਿਆਂ ਦਾ ਤੇ ਸਕੂਲ ਸਟਾਫ ਦਾ ਨਾਮ ਰੋਸ਼ਨ ਕੀਤਾ ਹੈ ਕੀ ਕੁਛ ਅੱਜ ਉਹਨਾਂ ਨੂੰ ਸਨਮਾਨ ਕੀਤਾ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੁਛ ਆਸ ਉਮੀਦ ਉਹਨਾਂ ਨੂੰ ਦਿੱਤੀ ਹੈ ਅੱਜ ਪਿੰਡ ਦੀ ਪੂਰੀ ਪੰਚਾਇਤ ਤੇ ਸਾਡੇ ਲੋਕ ਜੀਤਰਾਵਾਂ ਚ ਤੇ ਸਾਡੇ ਸਕੂਲ ਦੇ ਸਟਾਫ ਸਾਰੇ ਅੱਜ ਇਕੱਤਰ ਹੋਏ ਆ ਇੱਥੇ ਸਕੂਲ ਦੇ ਵਿੱਚ ਸਾਨੂੰ ਬੜਾ ਮਾਣ ਆ ਕਿ ਸਾਡੇ ਸਕੂਲ ਦੇ ਵਿੱਚ ਵੀ ਕਦੇ ਸਾਡੇ ਅੱਜ ਖੁਸ਼ੀਆਂ ਦੇ ਢੋਲ ਵੱਜਣ ਵਾਲੀ ਗੱਲ ਹੋਈ ਆ ਕਿਉਂਕਿ ਸਾਡੇ ਇੱਥੇ ਪਹਿਲਾਂ ਬਹੁਤ ਸਮੇਂ ਤੋਂ ਕੁਝ ਪ੍ਰੋਬਲਮਾਂ ਸਿਗੀਆਂ ਉਹਦੇ ਕਰਕੇ ਸਾਡਾ ਵਧੀਆ ਰਿਜ਼ਲਟ ਨਹੀਂ ਚੱਲਦਾ ਰਿਹਾ ਇਹ ਪਰ ਹੁਣ ਇਸ ਵੇਲੇ ਸਾਡੇ ਕੋਲ ਸਟਾਫ ਪਰ ਸਾਨੂੰ ਇੱਕ ਜ਼ਰੂਰ ਕੱਲੇ ਵੀ ਘਾਟ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੇ ਵਿੱਚ ਜਿਹੜਾ ਸਟਾਫ ਆ ਉਹ ਸਾਨੂੰ 2-3 ਟੀਚਰ ਪ੍ਰਾਈਵੇਟ ਰੱਖ ਕੇ ਚਲਾਉਣਾ ਉੱਪਰ ਆ ਉਹਦੇ ਵੈਸੇ ਹੀ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਸਕੂਲ ਦੇ ਟੀਚਰ ਪੂਰੇ ਕੀਤੇ ਜਾਣ ਸਾਨੂੰ ਅੱਜ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਕੋਲ ਪਹਿਲੇ ਦਿਨ ਇੰਗਲਿਸ਼ ਦਾ ਜਿਹੜਾ ਟੀਚਰ ਆ ਅੱਜ ਉਹਨੇ ਜੁਆਇਨ ਕੀਤਾ ਪਰ ਫਿਰ ਵੀ ਇਹ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਹਲੇ ਟੀਚਰਾਂ ਦੀ ਦੋ ਤਿੰਨ ਟੀਚਰਾਂ ਦੀ ਕਮੀ ਆ ਪਰ ਫਿਰ ਵੀ ਚਲੋ ਸਾਹੇ ਸਟਾਫ ਦੇ ਬਹੁਤ-ਬਹੁਤ ਧੰਨਵਾਦੀਆਂ ਵੀ ਜਿਨ੍ਹਾਂ ਦੀ ਮਿਹਨਤ ਸਦਕਾ ਔਰ ਬੱਚਿਆਂ ਦੀ ਲਗਨ ਸਦਕਾ ਜਿਹੜਾ ਸਾਡੇ ਸਕੂਲ ਦਾ ਅੱਜ ਜੋ ਰਿਜ਼ਲਟ ਆਇਆ ਹੈ ਨਾ ਉਹ ਸਾਨੂੰ ਇਸ ਪੋਜੀਸ਼ਨ ਤੇ ਲਿਆ ਕੇ ਸਾਨੂੰ ਖੜੇ ਕਰਤਾ ਕਿ ਜਿਹਦੇ ਨਾਲ ਅਸੀਂ ਹੱਸ ਕੇ ਅਰਮਾਨ ਕਰਦੇ ਆ ਕਿ ਸਾਡੇ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਆ ਔਰ ਅਸੀਂ ਜਿੰਨਾ ਕੁ ਵੀ ਉਪਰਾਲਾ ਕਰ ਸਕਦੇ ਸੀ ਅਸੀਂ ਬੱਚਿਆਂ ਨੂੰ ਸਾਰਾ ਅਪਰੀਸ਼ੀਏਟ ਕਰਨ ਲਈ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਥੋੜਾ ਥੋੜਾ ਉਹਨਾਂ ਲਈ ਮਾਣ ਆ ਕੋਈ ਪੈਸੇ ਵਾਲੀ ਗੱਲ ਨਹੀਂ ਇਹਨਾਂ ਇੰਨੇ ਕਾ ਨਾ ਉਹਨਾਂ ਨੂੰ ਸਿਰਫ ਇਤਿਹਾਸ ਕੀਤਾ ਜਾਂਦਾ ਕਿ ਅੱਗੇ ਜਿਹੜਾ ਦੂਸਰਾ ਬੱਚਾ ਵੀ ਕੱਲ ਨੂੰ ਵੱਧ ਤੋਂ ਵੱਧ ਦੋਸਤ ਪੜਾਈ ਵਾਲ ਨੂੰ ਇਤਿਹਾਸ ਹੋ ਕੇ ਵੱਧ ਤੋਂ ਵੱਧ ਮਿਹਨਤ ਕਰੇ ਔਰ ਬਾਕੀ ਇਹ ਹੀ ਇਹ ਕਿੰਨੇ ਵੀ ਸਾਡਾ ਇਹ ਜਿਹੜਾ ਸਟਾਫ ਤੇ ਸਾਡੇ ਬੱਚੇ ਦਿਨ ਰਾਤ ਦੁੱਗਣੀ ਤਰੱਕੀ ਕਰਦੇ ਰਹਿਣ ਤੇ ਸਾਡਾ ਇਸ ਤਰ੍ਹਾਂ ਪੜ੍ਹਨ ਦਾ ਮਾਣ ਜਿਹੜਾ ਉੱਚਾ ਹੁੰਦਾ ਹੈ ਸਾਡੇ ਨਾਲ ਇੱਕ ਸੰਸਥਾ ਦੇ ਮੈਂਬਰ ਵੀ ਹੈਗੇ ਸਰਲੇਖ ਜੀ ਅਸੀਂ ਬੜੀ ਸਪੀਚ ਸੁਣੀ ਹੈ ਸਾਨੂੰ ਮੌਕਾ ਮਿਲਿਆ ਪਹਿਲੀ ਵਾਰੀ ਸਾਨੂੰ ਵੀ ਮੌਕਾ ਮਿਲਿਆ ਸਕੂਲ ਦੇ ਬਚਾਨ ਦਾ ਪਰ ਆ ਕੇ ਸਾਨੂੰ ਇਦਾਂ ਦਾ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਅੱਜ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਕਿਉਂਕਿ ਬੱਚਿਆਂ ਨੇ ਜਿਹੜਾ ਅੱਜ ਉਪਲਬਧਦੀ ਹੈ ਪਿੰਡ ਵਾਸੀਆਂ ਦੀ ਕਹਿੰਦੇ ਇਹ ਬੜੀ ਇੱਛਾ ਸੀਗੀ ਕਿ ਸਾਡੇ ਸਕੂਲ ਦਾ ਨਾਮ ਪਿੰਡ ਦਾ ਨਾਮ ਵੀ ਪੜ੍ਹਾਈ ਦੇ ਮੱਲੇ ਦੇ ਵਿੱਚ ਰੋਸ਼ਨ ਹੋਵੇ ਹਾਂਜੀ ਬਿਲਕੁਲ ਸੱਚ ਹੈ ਜੀ ਸਾਡੇ ਸਰਪੰਚ ਸਾਹਿਬ ਹੋਣਾ ਨੇ ਵੀ ਇਹ ਗੱਲ ਦੱਸੀ ਹੈ ਕਿ ਕਿਸੇ ਟਾਈਮ ਇਹ ਸੀਗਾ ਕਿ ਸਾਡੀ ਬੜੀ ਨਮੂਸ਼ੀ ਵਾਲੀ ਗੱਲ ਸੀ ਵੀ ਸਰਾਲੀ ਸਕੂਲ ਦਾ ਨਾਮ ਬੜਾ ਚਰਚਾ ਵਿੱਚ ਰਿਹਾ 0% ਰਿਜ਼ਲਟ ਆਇਆ ਤੇ ਉਹ ਇਸ ਨਾਲ ਸਾਡੇ ਪਿੰਡ ਦੇ ਨਾਮ ਨੂੰ ਬੜਾ ਤਕਾ ਲੱਗਾ ਤੇ ਉਸ ਤੋਂ ਬਾਅਦ ਥੋੜੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਇੱਥੋਂ ਸਟਾਫ ਦਾ ਜਿਹੜਾ ਸਾਡਾ ਥੋੜਾ ਬੜਾ ਸੀਗਾ ਮਸਲਾ ਉਹ ਵੀ ਥੋੜਾ ਚੇਂਜ ਹੋ ਗਿਆ ਫਿਰ ਸਾਡੇ ਨਵੇਂ ਟੀਚਰ ਸਾਹਿਬਾਨ ਆਏ ਸਟਾਫ ਵਧੀਆ ਆ ਤੇ ਉਹਨਾਂ ਦੀ ਮਿਹਨਤ ਜਿਹੜੀ ਰੰਗ ਲਿਆਈ ਆ ਤੇ ਅੱਜ ਤੁਸੀਂ ਸਾਡੇ ਸਾਰੇ ਪੰਚਾਇਤ ਮੈਂਬਰਾਂ ਦੇ ਮੂੰਹ ਤੇ ਰੌਣਕ ਦੇਖ ਸਕਦੇ ਹੋ ਸਾਡੇ ਪਿੰਡ ਦੇ ਪਤਵੰਤੇ ਸੱਜਣ ਬੜੇ ਖੁਸ਼ੀ ਜਿਹਾ ਖੁੱਲੇ ਨਹੀਂ ਸਮਾਉਂਦੇ ਸਾਡੇ ਲੋਕ ਚੇਤਨਾ ਮਾਝ ਦੇ ਮੈਂਬਰ ਆ ਸਾਡੇ ਉਹ ਸਾਰੇ ਬੜੇ ਖੁਸ਼ ਆ ਕਿ ਇੱਕ ਸਾਡੀ ਬੇਟੀ ਨੇ 93.4% ਜਿਹੜੇ ਨੰਬਰ ਲੈ ਕੇ ਸਾਡੇ ਪਿੰਡ ਦਾ ਮਾਣ ਵਧਾਇਆ ਤੇ ਆਪਣੇ ਸਕੂਲ ਦਾ ਤੇ ਆਪਣੇ ਸਟਾਫ ਦਾ ਜਿਹੜਾ ਆ ਨਾਮ ਉੱਚਾ ਕੀਤਾ ਤੇ ਅਸੀਂ ਇਸ ਕਰਕੇ ਸਪੈਸ਼ਲੀ ਅੱਜ ਬੱਚਿਆਂ ਨੂੰ ਇਹ ਪ੍ਰੋਤਸਾਹਨ ਕਰਨ ਲਈ ਉਹਨਾਂ ਦਾ ਹੌਸਲਾ ਵਧਾਉਣ ਲਈ ਸਾਰੇ ਅਸੀਂ ਇਕੱਤਰ ਹੋਏ ਆ ਤੇ ਉਹਨਾਂ ਨੂੰ ਨਗਦ ਨਾਮ ਵੀ ਦਿੱਤੇ ਆ ਦੇ ਨਾਲ ਬੱਚਿਆਂ ਨੂੰ ਮੋਮੈਂਟੋ ਵੀ ਦਿੱਤੇ ਆ ਤੇ ਹੋਰ ਜਿਹੜੀ ਅਗਲੀ ਕਲਾਸ ਆਉਣ ਵਾਲੀ ਆ ਤਾਂ ਉਹ ਹੋਰ ਮਿਹਨਤ ਕਰਕੇ ਆਪਣੇ ਜਿਹੜਾ ਸਾਡੇ ਪਿੰਡ ਦਾ ਨਾਮ ਜਿਹੜਾ ਆ ਉਹ ਰੋਸ਼ਨ ਕਰਨਾ ਹੈ ਅੱਛਾ ਐਨਆਰਏ ਵਲੋਂ ਕਹਿੰਦੇ ਵੱਡਾ ਸਹਿਯੋਗ ਵੀ ਦਿੱਤਾ ਜਾਂਦਾ ਹਮੇਸ਼ਾ ਪਰ ਅੱਜ ਪਹਿਲੀ ਵਾਰੀ ਮੌਕਾ ਮਿਲਿਆ ਜਦੋਂ ਇਹ ਪ੍ਰਾਈਜ਼ ਉਹਨਾਂ ਲੋ ਦਿੰਦਾ ਕਿਉਂਕਿ ਕਬੱਡੀ ਕੱਪ ਅਸੀਂ ਅਕਸਰ ਦੇਖਦੇ ਆ ਕਿ ਕਾਫੀ ਵੱਡਾ ਨਾਮ ਜਿਹੜਾ ਕਬੱਡੀ ਕੱਪ ਹੈ ਜਾਂ ਵਿਕਾਸਪੱਖੋ ਵੀ ਜਿਹੜਾ ਪਿੰਡ ਤੁਹਾਡਾ ਚਰਚਾਵਾ ਦੇ ਵਿੱਚ ਰਹਿੰਦਾ ਹੈ ਪਰ ਜਿਹੜਾ ਪੜ੍ਹਾਈ ਵੱਲੋਂ ਅੱਜ ਪਹਿਲੀ ਵਾਰੀ ਮੌਕਾ ਹਾਂਜੀ ਸਰ ਸਾਡੇ ਜਿਹੜੇ ਲੋਕ ਜੀਤਨਾ ਮੈਂਦੀ ਜਿਹੜੀ ਅਸੀਂ ਸਾਡੀ ਸਥਾਪਨਾ ਆ ਉਹ ਆਪਣੇ ਆਪ ਵਿੱਚ ਇੱਕ ਨਵੇਕਲੀ ਪੈਲ ਸੀਗੀ ਕਿ ਅਸੀਂ ਜਿਹੜੇ ਸਾਡੇ ਐਨਆਰਆਈ ਵੀਰ ਸੀਗੇ ਉਹਨਾਂ ਨੇ ਸਾਡੇ ਪਿੰਡ ਦੀ ਜਿਹੜੀ ਸੀਵਰੇਜ ਨੂੰ ਪਾਉਣਾ ਸੀਗਾ ਤੇ ਉਹਨਾਂ ਨੇ ਮੂਰੇ ਹੋ ਕੇ ਸਾਡੇ ਜਿਹੜਾ ਇਹ ਚੱਕਣ ਚੱਕਿਆ ਸੀਗਾ ਤੇ ਸਾਡੀ ਜਿਹੜੀ ਪੰਚਾਇਤ ਹੈ ਉਹਨਾਂ ਨੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਸਾਰੇ ਪਿੰਡ ਵਿੱਚ ਸੀਵਰੇਜ ਪਿਆ ਤੇ ਪਿੰਡ ਦੀ ਜਿਹੜੀ ਉਹ ਦਿੱਖ ਬਿਲਕੁਲ ਨਵੀਂ ਹੋ ਗਈ ਤੇ ਹੁਣ ਸਾਡੇ ਸਰਪੰਚ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਜਿਹੜਾ ਸਾਡੇ ਪਿੰਡ ਦਾ ਛੱਪੜਾ ਤੁਸੀਂ ਦੇਖੋਗੇ ਉਹ ਪੱਕਾ ਹੋ ਗਿਆ ਤੇ ਅਸੀਂ ਵੀ ਇਸ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ ਕਿ ਜਿਹੜਾ ਆਪਣੇ ਸਾਡੇ ਪਿੰਡ ਸਰਾਲੀ ਨੂੰ ਅਸੀਂ ਨੰਬਰਾਂ ਵਿੱਚ ਲੈ ਕੇ ਆਈਏ ਪਿੰਡ ਦੇ ਜਿਹੜਾ ਤੇ ਜਿਹੜੀ ਮੈਂ ਐਨਆਰਆਈ ਵੀਰਾਂ ਦੀ ਗੱਲ ਕਰਾਂ ਤੇ ਜਿਹੜਾ ਸਾਡਾ ਲੋਕ ਜੀਤਨਾ ਮੰਨ ਚਿਆ ਮੈਂ ਕਹੂੰਗਾ ਕਿ ਤਕਰੀਬਨ ਜਿਹੜਾ 80% ਜਿਹੜਾ ਸਾਡਾ ਯੋਗਦਾਨ ਐ ਐਨਆਰਆਈ ਵੀਰ ਦਾ ਆ ਤੇ ਉਹ ਸਾਨੂੰ ਭਰਮੀ ਆਪਣੀ ਸਾਡੀ ਹਮਾਇਤ ਕਰਦੇ ਆ ਤੇ ਇੱਕ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਉਹ ਵੀਰ ਜਿਹੜੇ ਆ ਕੱਲਾ ਖੇਡਾਂ ਨਾਲ ਨਹੀਂ ਜੁੜੇ ਹੋਏ ਉਹਨਾਂ ਨੇ ਪੜ੍ਹਾਈ ਵਾਲੇ ਪਾਸੇ ਵੀ ਮਤਲਬ ਬਹੁਤ ਵਧੀਆ ਢੰਗ ਨਾਲ ਸੋਚਿਆ ਵੀ ਆ ਤੇ ਉਸ ਕੰਮ ਨੂੰ ਨੇਪਰੇ ਵੀ ਚਾੜਦੇ ਆ ਸਾਡੇ ਸੁੱਖਾ ਵਾਸੀ ਉਹਨਾਂ ਦਾ ਮੈਂ ਸਪੈਸ਼ਲ ਨਾਮ ਲੈਣਾ ਚਾਹਾਂਗਾ ਉਹ ਹਰ ਬਾਰ ਸਾਡੇ ਜਿਹੜਾ ਲੋਕ ਜੀਤਨਾ ਮੰਜਦਾ ਗਰੁੱਪ ਆ ਸਾਡੇ ಗ್ರಾಮ ਪੰਚਾਇਤ ਦਾ ਜਿਹੜ ਦੀ ਬਿਲਡਿੰਗ ਆ ਇਹਨੂੰ ਇੱਕ ਆਪਾਂ ਨਵੀਂ ਦਿੱਖ ਪ੍ਰਦਾਨ ਕਰਨੀ ਆ ਇਹਨੂੰ ਰੈਨੋਵੇਟ ਨਹੀਂ ਕਰਨਾ ਆਪਾਂ ਢਾਕੇ ਉਹ ਨਵੇਂ ਸਿਰੇੋਂ ਨੂੰ ਅਸਾਰਨਾ ਚਾਹੁੰਦੇ ਆ ਕਿ ਜਿਹੜੀ ਇਦਾਂ ਦੀ ਬਿਲਡਿੰਗ ਬਣਾਈਏ ਜਿਹੜੀ ਕਿ ਇੱਕ ਮਤਲਬ ਦਿਲ ਖਿੱਚਵੀ ਹੋਵੇ ਇੱਕ ਨਵੇਕਲੀ ਹੋਵੇ ਤੇ ਜਿਹੜੇ ਬੱਚੇ ਆ ਮਤਲਬ ਆਉਣ ਤੇ ਇੱਕ ਵਾਰੀ ਮਾਪਿਆਂ ਦਾ ਵੀ ਦਿਲ ਕਰੇ ਕਿ ਆਪਾਂ ਇਸ ਸਕੂਲੇ ਬੱਚਿਆਂ ਨੂੰ ਪੜਨ ਲਾਉਣਾ ਆ ਤੇ ਮੈਂ ਐਨਆਰਆਈ ਬਲਾਂ ਮਤਲਬ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਅਸੀਂ ਅੱਜ ਆਪਸ ਵਿੱਚ ਇੱਥੇ ਚਰਚਾ ਵੀ ਛੀੜੀ ਇਸ ਗੱਲ ਦੀ ਕਿ ਜੇ ਉਹ ਵੀਰ ਇਸ ਕੰਮ ਨੂੰ ਮਤਲਬ ਪਹਿਲ ਕਰਦੇ ਤਾਂ ਅਸੀਂ ਸਾਰਾ ਪਿੰਡ ਜਿਹੜਾ ਆ ਮੁੱਢੇ ਨਾਲ ਮੁੱਢ ਤੇ ਇਹ ਜਿਹੜਾ ਪਿੰਡ ਦੇ ਸਕੂਲ ਨੂੰ ਜਾਂ ਇੱਕ ਨਵੀਂ ਜਿਹੜੀ ਆ ਦੇ ਇੱਕ ਪ੍ਰਦਾਨ ਕਰਨ ਵਿੱਚ ਉਹਨਾਂ ਦੀ ਸਹਿਯਾ ਕਰਾਂਗੇ ਸਾਡੇ ਨਾਲ ਸਾਭਕਾ ਸਰਪੰਚ ਸਾਹਿਬ ਵੀ ਹੈ ਸਰਪੰਚ ਸਾਹਿਬ ਮੌਕਾ ਹੋ ਸਕਦਾ ਸ਼ਾਇਦ ਟਾੜੀ ਟਾਂ ਮਚਣਾ ਹੋਵੇ ਕਿ ਜਦੋਂ ਹਰ ਰਿਜ਼ਲਟ ਅਜੇ ਹਿਆ ਆਇਆ ਸੀਗਾ ਆਸ ਉਮੀਦ ਕੀ ਸੀਗੀ ਕਿ ਇਹ ਜੇ ਉਪਰਾਲੇ ਸੀਗੇ ਕਿ ਪਤਾ ਲੱਗਾ ਸੀਗਾ ਕਿ ਥੋੜਾ ਸਕੂਲ ਜਿਹੜਾ ਡਿਸਟਰਬੈਂਸ ਕਾਫੀ ਸੀਗੀ ਜਿਹਦੇ ਕਰਕੇ ਪੰਚਾਇਤ ਵੀ ਜਾਂ ਪਿੰਡ ਦੇ ਵਿੱਚ ਵੀ ਡਿਸਟਰਬੈਂਸ ਰਹੀ ਸੀਗੀ ਤੇ ਸਕੂਲ ਦੇ ਵਿੱਚ ਬੱਚਿਆਂ ਦਾ ਜਿਹੜਾ ਰਿਜ਼ਲਟ ਜਿਹੜਾ ਮਾੜਾ ਆਇਆ ਸੀਗਾ ਤੇ ਹੁਣ ਜਿਹੜਾ ਉਹ ਕਹਿ ਸਕਦੇ ਆ ਜਿਹੜਾ ਰਿਜ਼ਲਟ ਪਿੱਛੇ ਮਾੜਾ ਸੀਗਾ ਉਹ ਬੱਚਿਆਂ ਨੇ ਹੁਣ ਪਿੰਡ ਦੇ ਵਿੱਚ ਉਹ ਵਾਲਾ ਜਿਹੜਾ ਕੰਮ ਖਤਮ ਕਰਕੇ ਹੁਣ ਨਵਾਂ ਰਿਜ਼ਲਟ ਲਿਆ ਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਦੇਖੋ ਜੀ ਗੱਲ ਕੋਈ ਵੀ ਕੰਮ ਮਾੜਾ ਹੋਵੇ ਉਹਦੇ ਤੋਂ ਕੁਝ ਸਿੱਖਣ ਨੂੰ ਮਿਲਦਾ ਜੇਕਰ ਕੋਈ ਕਮੀਆਂ ਆਈਆਂ ਉਹਦੇ ਵਿੱਚ ਸਾਰੇ ਪਿੰਡ ਨੇ ਸਹਿਯੋਗ ਦੇ ਕੇ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਇਹ ਨਹੀਂ ਕਿਹਾ ਜਾਂਦਾ ਮੈਂ ਮੇਤੋਂ ਇਹਨਾਂ ਤੋਂ ਪਹਿਲਾਂ ਮੈਂ ਸਰਪੰਚ ਸੀ ਮੇਤੋਂ ਪਹਿਲਾਂ ਸ਼ਿੰਦਰਪਾਲ ਸੀ ਉਸ ਤੋਂ ਪਹਿਲਾਂ ਸਰਗਰਪਾਲ ਸਿੰਘ ਸਰਪੰਚ ਰਹੇ ਆ ਸਾਰਿਆਂ ਨੇ ਆਪ ਆਪਣੇ ਸਮੇਂ ਦੇ ਮੁਤਲਕ ਜਿੰਨਾ ਵੀ ਹੋ ਸਕਿਆ ਸਾਰਿਆਂ ਨੇ ਬਤਵਾ ਸਹਿਯੋਗ ਦਿੱਤਾ ਪਰ ਕੋਈ ਵੀ ਜਿਹੜਾ ਕੰਮ ਥੋੜਾ ਬਹੁਤ ਕਿਤੇ ਖਰਾਬ ਹੁੰਦਾ ਉਹ ਤੋਂ ਬੰਦਾ ਸਿੱਖਦਾ ਉਹਦੇ ਵਿੱਚੋਂ ਸਿੱਖਿਆ ਤੇ ਸਾਰੇ ਅਸੀਂ ਇਕੱਠੇ ਹੋਏ ਆ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਰਲ ਕੇ ਸਕੂਲ ਦਾ ਇਹ ਜਿਹੜਾ ਉਪਰਾਲਾ ਕੀਤਾ ਤਾਂ ਵਧੀਆ ਰਿਜ਼ਲਟ ਆਇਆ ਸਾਡਾ ਸਟਾਫ ਹੁਣ ਬਹੁਤ ਵਧੀਆ ਆ ਜੇ ਅਲੋਚਨਾ ਕਰੀਏ ਕੌਣ ਮਾੜਾ ਸੀ ਕੌਣ ਉਹ ਨਹੀਂ ਕਰਨੀ ਚਾਹੀਦੀ ਜੋ ਹੋ ਗਿਆ ਉਹ ਬੀਤ ਗਿਆ ਅੱਜ ਜਿਹੜਾ ਚੰਗਾ ਆ ਸਾਨੂੰ ਉਹਦੀ ਗੱਲ ਕਰਨੀ ਚਾਹੀਦੀ ਆ ਆਉਣ ਵਾਲੇ ਨੂੰ ਐਕਸਲੀ ਸੋਚਣਾ ਚਾਹੀਦਾ ਜਿੱਦਾਂ ਆਉਣ ਵਾਲੇ ਬੱਚਿਆਂ ਨੂੰ ਵੀ ਇਹ ਗੱਲ ਕਹੀ ਆ ਕਿ ਜੇਕਰ ਵਧੀ ਅਸੀਂ ਲੋਕ ਚੇਤਨਾ ਮੰਚ ਵੱਲੋਂ ਬਾਹਰ ਐਨਆਰਆਈ ਵੱਲੋਂ ਪਿੰਡ ਵੱਲੋਂ ਅਸੀਂ ਉਹਨਾਂ ਬੱਚਿਆਂ ਦਾ ਹੋਰ ਸਹਿਯੋਗ ਕਰਾਂਗੇ ਬਾਹਰ ਵੀ ਮੈਂ ਕੈਨੇਡਾ ਵੀ ਗਿਆ ਅਮਰੀਕਾ ਗਿਆ ਉੱਥੇ ਸਾਰੇ ਬੰਦੇ ਇਸ ਗੱਲ ਦਾ ਸਹਿਯੋਗ ਦੇਣ ਨੂੰ ਤਿਆਰ ਆ ਕਿ ਸਕੂਲ ਦੀ ਬਿਲਡਿੰਗ ਵੀ ਉਹਨਾਂ ਨੂੰ ਹੋਵੇ ਪਿੰਡ ਜੇ ਸੀਵਰੇਜ ਪਾਇਆ ਤਾਂ ਵੀ ਸਾਰੇ ਬਾਹਰਲੇ ਬੰਦਿਆਂ ਨੇ ਪਿੰਡਦਿਆਂ ਨੇ ਸਾਡੇ ਸਰਦਾਰ ਰਮਿੰਦਰ ਸਿੰਘ ਜੀ ਸਾਹਿਬ ਜੀ ਦਾ ਅਜੀਤ ਸਿੰਘ ਜੀ ਸਕੂਲ ਚਲਾਉਂਦੇ ਆ ਇਹਨਾਂ ਦਾ ਸਕੂਲ ਭਾਵੇਂ ਪ੍ਰਾਈਵੇਟ ਹੈ ਪਰ ਇੱਥੇ ਵੀ ਇਹ ਪੂਰਾ ਸਹਿਯੋਗ ਦਿੰਦੇ ਆ ਕਿ ਹੁਣ ਵੀ ਆਏ ਹੋਇਆ ਪਰ ਬੁਲੰਦ ਸੰਕੋਚ ਰੱਖਦੇ ਆ ਉਦਾਂ ਇਹਨਾਂ ਦਾ ਸਾਨੂੰ ਬਹੁਤ ਸਾਥ ਆਇਆ ਇੱਥੇ ਆ ਕੇ ਬਹੁਤ ਇਹ ਸਕੂਲ ਦੇ ਵਿੱਚ ਵੀ ਸਾਡੀ ਮਦਦ ਕਰਦੇ ਆ ਸਾਰੇ ਅਸੀਂ ਰਲ ਕੇ ਕਰਦੇ ਆ ਕੋਈ ਸਾਡੇ ਵਿੱਚ ਇਦਾਂ ਨਹੀਂ ਹੈਗਾ ਬਈ ਕਿਸੇ ਦਾ ਨਾਂ ਨਹੀਂ ਵੀ ਲਿਆ ਹੋਇਆ ਤਾਂ ਮੈਂ ਮਾਫੀ ਚਾਹੁੰਨਾ ਕਈ ਵਾਰੀ ਸਾਰਿਆਂ ਦੇ ਵਿੱਚ ਕਿਸੇ ਦਾ ਬਾਰੀ-ਬਾਰੀ ਨਾਂ ਲਈਏ ਤੇ ਅੱਧਾ ਘੰਟਾ ਨਾਂ ਲਿੰਦੇ ਨੰਗ ਜਾਣਾ ਸਾਰਿਆਂ ਦਾ ਬੜਾ ਸਹਿਯੋਗ ਆ ਬਾਹਰਲੇ ਬੰਦਿਆਂ ਦਾ ਵੀ ਇੱਥੇ ਵੀ ਪਿੰਡ ਦੇ ਵਿੱਚ ਵੀ ਸੀਵਰੇਜ ਪਿਆ ਜੋ ਛੱਪੜ ਬਣਿਆ ਹੁਣ ਸਰਪੰਚ ਸਾਹਿਬ ਮੋਰੇ ਆ ਜਿਹੜਾ ਬੰਦਾ ਮੋਰੀ ਹੁੰਦਾ ਉਹਦਾ ਨਾਂ ਲੈਣਾ ਪੈਂਦਾ ਸਾਰੀ ਟੀਮ ਵਰਕੇ ਆ ਸਾਰਿਆਂ ਦਾ ਬੜਾ ਸਹਿਯੋਗ ਆ ਬਹੁਤ ਧੰਨਵਾਦ ਜੀ ਇਹ ਸਾਡੇ ਨਾਲ ਸਰ ਤੁਸੀਂ ਤੁਹਾਡਾ ਕਈ ਇਹ ਇਹ ਹੀ ਕੀਤਾ ਵਿੱਚੋਂ ਤੁਸੀਂ ਕਹਿੰਦੇ ਆ ਇਹ ਤੁਸੀਂ ਰਿਟਾਇਰਮੈਂਟ ਲਈ ਆ ਤੁਹਾਡਾ ਇਹ ਤੇ ਹੁਣ ਤੁਸੀਂ ਉੱਥੇ ਪਹੁੰਚੇ ਆ ਇਸ ਪਿੰਡ ਦੇ ਹੀ ਤੁਸੀਂ ਵਸਨੀਕ ਆ ਹਾਂਜੀ 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 ਤੇ ਹੁਣ ਮੌਕਾ ਜਿਹੜਾ ਇਹ ਕਹਿੰਦੇ ਆ ਅੱਛਾ ਜੀ ਸਰਲੇਖ ਰਾਜ ਇਹਦੇ ਡੈਡੀ ਆ ਤੁਸੀਂ ਜਿਹਨਾਂ ਨੇ ਇਹ ਸਾਰਾ ਉਪਰਾਲਾ ਵੀ ਕੀਤਾ ਹੈਗਾ ਅੱਜ ਦਾ ਜਿਹੜਾ ਹੈਗਾ ਤੇ ਕਿਸੇ ਦਾ ਮਾਣ ਮਹਿਸੂਸ ਹੈ ਕਿਉਂਕਿ ਬੜਾ ਚਿਰ ਬਾਅਦ ਜਿਹੜੀ ਆਸਮੀਤ ਸੀਗੀ ਅੱਜ ਜਗ ਗਈ ਹੈ ਠੀਕ ਹੈ ਅਸਲ ਵਿੱਚ ਇਸ ਤਰ੍ਹਾਂ ਆ ਵੀ ਮੈਂ ਮੈਨੂੰ ਰਿਟਾਇਰ ਹੋਏ ਨੂੰ ਵੈਸੇ 25 ਸਾਲ ਹੋ ਗਏ ਐਜ਼ ਅ ਹੇਡਮਾਸਟਰ ਮੈਂ ਰਿਟਾਇਰ ਹੋਇਆ ਗਵਰਨਮੈਂਟ ਹੈਗਨ ਜੀਬੀਟੀ ਸਕੂਲ ਸਮਰਾਜਨ ਦੇ ਵਾਲਾ ਤੋਂ ਇਹ ਕੁਝ ਦੌਰ ਬਿਤੇ ਜਿਵੇਂ ਤੁਸੀਂ ਪਹਿਲਾਂ ਦੇਖਿਆ ਹੀ ਆ ਬਹੁਤ ਮਾੜਾ ਦੌਰ ਆਇਆ ਸੀਗਾ ਜਦੋਂ ਰਿਜ਼ਲਟ ਸਾਰਾ 8ਵੀਂ 10ਵੀਂ ਦਾ ਪੂਰ ਯਾਨੀ ਕਿ ਨੂੰ ਕਹ ਲੋ 0% ਰਹਿ ਗਿਆ ਸੀ ਬੜੀ ਨਿਮੋਸ਼ੀ ਹੋਈ ਸਾਨੂੰ ਅਸੀਂ ਨੱਠ ਪੱਜ ਕੀਤੀ ਫਿਰ ਸਟਾਫ ਲਿਆਉਣ ਦੀ ਜਾਂ ਹੋਰ ਜਿਹੜੇ ਸਟਾਫ ਨਹੀਂ ਸੀ ਮਤਲਬ ਇੱਥੇ ਸਾਡੇ ਜੋਗ ਉਹਨਾਂ ਨੂੰ ਇਥੋਂ ਬਾਹਰ ਭੇਜਣ ਦਾ ਵੀ ਮਤਲਬ ਉਪਰਾਲਾ ਕੀਤਾ ਤੇ ਹੁਣ ਅੱਜ ਸਾਡਾ ਮਨ ਇੰਨਾ ਬੜਾ ਖੁਸ਼ ਆ ਕਿ ਵਧੀਆ ਸਟਾਫ ਆ ਸਾਡਾ ਜਿਨ੍ਹਾਂ ਨੇ ਸਾਡਾ ਪਿਛਲਾ ਧੋਣਾ ਧੋ ਕੇ ਅੱਜ ਬਲੰਦੀਆਂ ਤੇ ਸਾਡਾ ਰਿਜ਼ਲਟ ਜਿਹੜਾ ਉਹ ਲੈ ਆਂਦਾ ਆ ਔਰ ਬੜੀ ਖੁਸ਼ੀ ਆ ਕਿ ਸਾਡੇ ਪਰਿਵਾਰ ਦੇ ਵਿੱਚੋਂ ਜਿਹੜੀ ਕੁੜੀ ਰੂਬੀ ਜਿਹੜੀ ਆ ਨਾ ਉਹ ਮੇਰੀ ਪਰੋਤੀ ਲੱਗਦੀ ਆ ਹਾਂਜੀ ਕਿਉਂਕਿ ਮੈਂ ਮੇਰੀ ਉਮਰ ਵੀ ਹੁਣ ਕੈਸੀ ਮਾਸਾਲ ਲੱਗਣ ਲੱਗਾ ਆ ਪਰੋਤੀ ਆ ਸਾਡੀ ਉਹ ਤੇ ਸਾਨੂੰ ਬੜਾ ਮਨ ਆਪਣੇ ਆਪ ਨੂੰ ਪਰਿਵਾਰ ਨੂੰ ਵੀ ਬੜੀ ਖੁਸ਼ੀ ਆ ਸਾਡੀ ਇਸ ਗੱਲ ਦੀ ਕਿ ਅਸੀਂ ਇਸ ਬੱਚੀ ਤੇ ਪੂਰਾ ਜੋਰ ਲਾਵਾਂਗੇ ਗਾਂ ਪੜਾਈ ਲਈ ਧੰਨਵਾਦ